ਰਸਨਾ ਪਵਿੱਤਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਅਸੀਂ ਉਸ ਮਹਾਨ ਸ਼ਖਸੀਅਤ ਦਾ ਦਿਨ ਮਨਾ ਰਹੇ ਹਾਂ ਜਿਨ੍ਹਾਂ ਨੇ ਕਿ ਜੋ ਸਾਡਾ ਬੇਸਿਕ ਕਨਸੈਪਟ ਹੈ ਐਜੂਕੇਸ਼ਨ ਦਾ, ਦੁਨਿਆਵੀ ਤੇ ਅਧਿਆਤਮਿਕ ਵਿਦਿਆ ਦਾ ਸੁਮੇਲ, ਹੀ ਰੀਚ ਦ ਪਿਨੇਕਲ ਆਫ ਦਿਸ ਕਨਸੈਪਟ। ਸਾਧ ਸੰਗਤ ਜੀ, ਜੇ ਅਸੀਂ ਸੰਤ ਤੇਜਾ ਸਿੰਘ ਮਹਾਰਾਜ ਦੇ ਜੀਵਨ ਵੱਲ ਦੇਖੀਏ, ਸੰਖੇਪ ਵਿੱਚ ਤੁਹਾਨੂੰ ਬੱਚੀ ਨੇ ਅਜੇ ਉਹਨਾਂ ਦਾ ਜੀਵਨ ਨਾਲ ਦਰਸ਼ਨ ਕਰਵਾ ਦਿੱਤੇ ਹਨ। ਦਾਸ ਕੁਛ ਚੋਣਵੀਆਂ ਸਾਖੀਆਂ ਉਹਨਾਂ ਦੇ ਜੀਵਨ ਤੋਂ ਆਪ ਜੀ ਨਾਲ ਸ਼ੇਅਰ ਕਰਨਾ ਚਾਹੁੰਦਾ ਹੈ, ਜੋ ਅਸੀਂ ਮੈਸੇਜ ਲੈ ਕੇ ਅੱਜ ਉੱਠੀਏ ਕਿ ਸਾਨੂੰ ਵਿਰਸੇ ਵਿੱਚ ਕੀ ਮਿਲਿਆ ਹੈ, ਕਿਸ ਮਹਾਂਪੁਰਸ਼ ਦੇ ਵਸਾਈ ਹੋਈ ਨਗਰੀ ਵਿੱਚ ਅਸੀਂ ਰਹਿ ਰਹੇ ਹਾਂ ਤੇ ਸਾਡੇ ਕੀ ਫਰਜ਼ ਹਨ। ਪਹਿਲੀ ਗੱਲ ਤੇ ਅਸੀਂ ਇਹ ਸਮਝ ਲਈਏ ਕਿ ਸੰਤ ਜੀ ਮਹਾਰਾਜ ਦਾ ਜੋ ਦੁਨਿਆਵੀ ਇੰਟੈਲੈਕਟ ਸੀ, ਇਟ ਵਾਜ਼ ਆਫ ਐਨ ਐਬਸੋਲਿਊਟ ਸੁਪਰੀਮ ਡਿਗਰੀ। 10ਵੀਂ ਕਲਾਸ ਤੋਂ ਲੈ ਕੇ ਐਮ ਏ ਦੀ ਡਿਗਰੀ ਤੱਕ ਆਪ ਜੀ ਹਮੇਸ਼ਾ ਫਸਟ ਆਏ ਪੰਜਾਬ ਯੂਨੀਵਰਸਿਟੀ ਵਿੱਚ। ਉਹ ਛੋਟੀ ਜੀ ਪੰਜਾਬ ਯੂਨੀਵਰਸਿਟੀ ਜੋ ਹੁਣ ਹੈ ਉਹ ਨਹੀਂ, ਸਨ 1900 ਵਿੱਚ ਪੰਜਾਬ ਯੂਨੀਵਰਸਿਟੀ ਐਕਸਟੈਂਡਡ ਫਰੋਮ ਬਲੋਚਿਸਤਾਨ ਇਨ ਪਾਕਿਸਤਾਨ ਟਿਲ ਦਿੱਲੀ। ਇਤਨਾ ਵੱਡਾ ਜੋਗ੍ਰਾਫਿਕਲ ਏਰੀਆ ਦ ਯੂਨੀਵਰਸਿਟੀ ਵਾਜ ਲੋਕੇਟਡ ਐਟ ਲਾਹੌਰ। ਉਸ ਵਿੱਚ ਮਾਸਟਰ ਦੀ ਡਿਗਰੀ ਵਿੱਚ ਆਪ ਜੀ ਫਸਟ ਆਏ ਸੀ, ਇਤਨਾ ਆਪ ਜੀ ਦਾ ਇੰਟੈਲੈਕਟ ਸੀ। ਇਨ 1902 ਹੀ ਕਲੀਅਰਡ ਦ ਸਿਵਲ ਸਰਵਿਸਿਜ਼ ਐਗਜ਼ਾਮੀਨੇਸ਼ਨ, ਜੋ IAS ਦਾ ਇਮਤਿਹਾਨ ਅਸੀਂ ਅੱਜ ਲੱਭਦੇ ਹਾਂ। ਜੇ ਕੋਈ ਕਲੀਅਰ ਕਰ ਲੈਂਦਾ ਤਾਂ ਪੂਰਾ ਸ਼ਹਿਰ ਉਸਨੂੰ ਵਾਹ ਵਾਹ ਕਹਿੰਦਾ ਹੈ। ਆਪ ਜੀ ਨੇ ਉਹ ਇਮਤਿਹਾਨ 1902 ਵਿੱਚ ਬ੍ਰਿਟਿਸ਼ ਸਿਵਲ ਸਰਵਿਸ ਦਾ ਇਮਤਿਹਾਨ ਦੇ ਦਿੱਤਾ ਸੀ ਅਤੇ ਨੌਕਰੀ ਜੁਆਇਨ ਕਰਨ ਤੋਂ ਬਾਅਦ ਤੁਰੰਤ ਸਾਲ ਦੋ ਸਾਲ ਬਾਅਦ ਅਸਤੀਫਾ ਵੀ ਦੇ ਦਿੱਤਾ ਕਿ ਮੇਰੇ ਜੀਵਨ ਦਾ ਉਦੇਸ਼ ਇਹ ਨਹੀਂ ਹੈ। ਸੋ ਅਸੀਂ ਇਹ ਪਹਿਲਾ ਮੈਸੇਜ ਇਹ ਲੈ ਕੇ ਜਾਈਏ ਕਿ ਜੀਵਨ ਦਾ ਸਾਡਾ ਓਬਜੈਕਟਿਵ ਵਰਲਡਲੀ ਐਜੂਕੇਸ਼ਨ ਲੈ ਕੇ ਉੱਚੇ ਅਹੁਦੇ ਗ੍ਰਹਿਣ ਕਰਨਾ ਨਹੀਂ ਹੈ। ਇਹ ਪਹਿਲਾ ਮੈਸੇਜ ਅਸੀਂ ਲੈਂਦੇ ਹਾਂ ਸੰਤ ਤੇਜਾ ਸਿੰਘ ਮਹਾਰਾਜ ਦੇ ਜੀਵਨ 'ਚੋਂ। ਜਦ ਸੰਤ ਜੀ ਮਹਾਰਾਜ ਸੰਤ ਅਤਰ ਸਿੰਘ ਮਹਾਰਾਜ ਦੀ ਸੇਵਾ ਵਿੱਚ ਆਏ ਤੇ ਆਪ ਜੀ ਦਾ ਜੋ ਪਹਿਲਾ ਟੈਸਟ ਸੀ, ਸੰਤਾਂ ਨੇ ਕਿਹਾ ਕਿ ਭਾਈ ਜੇ ਸੇਵਾ ਕਰਨੀ ਹੈ ਤੇ ਜਿਸ ਜਿਸ ਬਾਰੇ ਤੁਹਾਡੇ ਮਨ ਵਿੱਚ ਦੁਵੈਤ ਹੈ, ਦੁਵਿਧਾ ਹੈ, ਮਨ ਵਿੱਚ ਘਿਰਣਾ ਹੈ, ਉਸ ਤੋਂ ਜਾਓ ਤੇ ਉੱਥੋਂ ਮਾਫੀ ਮੰਗ ਕੇ ਲੈ ਕੇ ਆਓ। ਸੰਤ ਜੀ ਦੀ 113 ਮਾਤਾ ਸੀ ਜਿਹੜੀ ਕਿ ਇਹਨਾਂ ਦੇ ਨਾਲ ਤੇ ਇਹਨਾਂ ਦੀ ਅਸਲੀ ਮਾਤਾ ਦੇ ਨਾਲ ਨਫ਼ਰਤ ਕਰਦੀ ਸੀ ਬਹੁਤ। ਉਹ ਇਤਨੀ ਨਫ਼ਰਤ ਕਰਦੀ ਸੀ ਕਿ ਇਹਨਾਂ ਦੀ ਅਸਲੀ ਮਾਤਾ ਨੂੰ ਉਹਨਾਂ ਨੇ ਨੌਕਰਾਨੀ ਬਣਾ ਕੇ ਘਰ 'ਚ ਰੱਖਿਆ ਸੀ ਅਤੇ ਉਸ ਤੋਂ ਬਾਅਦ ਘਰੋਂ ਵੀ ਬਾਹਰ ਕੱਢ ਦਿੱਤਾ। ਅਤੇ ਸੰਤ ਜੀ ਮਹਾਰਾਜ ਇੱਕ ਅਮੀਰ ਪਿਤਾ ਦੇ ਪੁੱਤਰ ਸੀ ਅਤੇ ਇਤਨੀ ਦੁਰਦਸ਼ਾ ਹੋ ਗਈ ਕਿ ਫੀਸ ਭਰਨ ਜੋਗੇ ਵੀ MA ਦੇ ਪੈਸੇ ਨਹੀਂ ਸੀ ਨਾ ਕੋਲ। ਸੋ ਅਸੀਂ ਸੋਚ ਸਕਦੇ ਹਾਂ ਕਿ ਸੰਤ ਤੇਜਾ ਸਿੰਘ ਮਹਾਰਾਜ ਜੀ ਦੇ ਮਨ ਵਿੱਚ ਆਪਣੀ ਮਾਤਾ ਬਾਰੇ ਕਿਹੋ ਜਿਹੇ ਖਿਆਲ ਹੋਣਗੇ।
ਪਰ ਸੰਤ ਅਤਿ ਸਿੰਘ ਮਹਾਰਾਜ ਜੀ ਦਾ ਹੁਕਮ ਮੰਨ ਕੇ ਆਪ ਜੀ ਲਾਹੌਰ ਤੋਂ ਗੁਜਰਾਂਵਾਲਾ ਗਏ ਅਤੇ ਮਾਤਾ ਨੂੰ ਨਮਸਕਾਰ ਕੀਤਾ, ਮੱਥਾ ਟੇਕਿਆ ਅਤੇ ਹੱਥ ਬੰਨ ਕੇ ਮਾਫ਼ੀ ਮੰਗੀ। ਇਹ ਦੂਸਰਾ ਨੁਸਖਾ ਅਸੀਂ ਲੈਣਾ ਸੰਤ ਜੀ ਦੇ ਜੀਵਨ ਤੋਂ ਕਿ ਅਸੀਂ ਮਨ ਵਿੱਚ ਕਿਸੇ ਦੇ ਪ੍ਰਤੀ ਬੁਰੇ ਵਿਚਾਰ ਨਹੀਂ ਰੱਖਣੇ, ਘਿਰਣਾ ਨਹੀਂ ਰੱਖਣੀ। ਇਹ ਅਸੀਂ ਮੈਸੇਜ ਲੈ ਕੇ ਜਾਣਾ ਹੈ, ਨਹੀਂ ਤਾਂ ਸੰਤਾਂ ਦਾ ਜੀਵਨ ਮਨਾਉਣ ਦਾ ਸਾਡਾ ਵਿਸ਼ੇਸ਼ ਉਦੇਸ਼ ਨਹੀਂ ਰਹਿੰਦਾ ਜੇ ਅਸੀਂ ਇਹ ਸਿੱਖਿਆ ਨਾ ਲੈ ਕੇ ਜਾਈਏ। ਤੀਸਰੀ ਚੀਜ਼, ਹੁਣੇ ਜਸਕਰਨ ਦੱਸ ਰਹੀ ਸੀ ਕਿ ਸੰਤ ਜੀ ਮਹਾਰਾਜ ਬਾਹਰ ਗਏ ਵਿੱਦਿਆ ਲੈਣ ਵਾਸਤੇ। ਜਦ ਆਪ ਜੀ ਆਕਸਫੋਰਡ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਸੀ ਤਾਂ ਕਿਸੇ ਨੇ ਵਿਦਿਆਰਥੀ ਨੇ ਮਿਹਣਾ ਮਾਰਿਆ ਕਿ ਇੱਥੇ ਤਾਂ ਤੂੰ ਦਸਤਾਰ ਬਣ ਕੇ ਪੜ੍ਹਾਈ ਕਰ ਰਿਹਾ ਹੈ, ਕੇਂਬਰਿਜ ਯੂਨੀਵਰਸਿਟੀ ਜਾ ਕੇ ਦੱਸ, ਉੱਥੇ ਦੇਖਦੇ ਹਾਂ ਕਿ ਤੂੰ ਦਸਤਾਰ ਬਣ ਕੇ ਦਾਖਲਾ ਲੈ ਪਾਏਗਾ ਕਿ ਨਹੀਂ। ਸੰਤ ਜੀ ਮਹਾਰਾਜ ਨੇ, ਜੋ ਕਿ ਸੰਤ ਅਤਰ ਸਿੰਘ ਜੀ ਦਾ ਮਹਾਰਾਜ ਜੀ ਦਾ ਹੁਕਮ ਲੈ ਕੇ ਗਏ ਸੀ ਕਿ ਸਾਬਤ ਸੂਰਤ ਰਹਿਣਾ ਹੈ, ਆਕਸਫੋਰਡ ਯੂਨੀਵਰਸਿਟੀ ਛੋੜ ਕੇ, ਪੜ੍ਹਾਈ ਉੱਥੇ ਹੀ ਛੋੜ ਕੇ ਕੇਂਬਰਿਜ ਯੂਨੀਵਰਸਿਟੀ ਚਲੇ ਗਏ ਅਤੇ ਉੱਥੇ ਜਾ ਕੇ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਨੂੰ ਮਿਲੇ ਅਤੇ ਜਾ ਕੇ ਆਪਣੀ ਦਲੀਲ ਦਿੱਤੀ ਕਿ ਸਿੱਖ ਧਰਮ ਇਸ ਤਰ੍ਹਾਂ ਦਾ ਧਰਮ ਹੈ ਅਤੇ ਇਹਨਾਂ ਦੀ ਜੋ ਦਲੀਲ ਸੀ, ਜੋ ਇਹਨਾਂ ਦਾ ਐਕਸਪਲੇਨੇਸ਼ਨ ਸੀ, ਜੋ ਡਿਸਕਸ਼ਨ ਸੀ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਨਾਲ, ਇਤਨੀ ਉਹ ਲਿਊਸਿਡ ਸੀ, ਇਤਨੀ ਕਲੀਅਰ ਸੀ। ਅਸੀਂ ਸੋਚ ਸਮਝਦੇ ਹਾਂ ਇਹ ਗੱਲ 1905-6 ਦੀ ਹੋ ਰਹੀ ਹੈ, ਜਿਸ ਵੇਲੇ ਜੋ ਵੀ ਸਿੰਘ ਬਾਹਰ ਜਾਂਦੇ ਸੀਗੇ ਕੇਸ ਕਤਲ ਕਰ ਲੈਂਦੇ ਸੀ। ਯੂਨੀਵਰਸਿਟੀ ਵਿੱਚ ਸਿੱਖਾਂ ਦੇ ਬਾਰੇ ਕਿਸੇ ਨੂੰ ਕੋਈ ਗਿਆਨ ਨਹੀਂ ਸੀ ਅਤੇ ਸੰਤ ਜੀ ਮਹਾਰਾਜ ਜੀ ਦੇ ਬਚਨਾਂ ਨਾਲ ਉਹਨਾਂ ਦਾ ਇੰਟੈਲੈਕਟ, ਪਰਸਨੈਲਿਟੀ ਇਤਨੀ ਉੱਚੀ ਸੁੱਚੀ ਸੀ ਕਿ ਉਹ ਜਿਹੜਾ ਪ੍ਰੈਜ਼ੀਡੈਂਟ ਸੀ ਯੂਨੀਵਰਸਿਟੀ ਦਾ, ਇਤਨਾ ਪ੍ਰਭਾਵਿਤ ਹੋਇਆ ਅਤੇ ਉਸਨੇ ਇਹਨਾਂ ਨੂੰ ਦਾਖਲਾ ਦੇ ਦਿੱਤਾ ਕੈਂਬਰਿਜ ਯੂਨੀਵਰਸਿਟੀ ਵਿੱਚ ਅਤੇ ਆਗਿਆ ਵੀ ਦੇ ਦਿੱਤੀ ਕਿ ਤੁਸੀਂ ਦਸਤਾਰ ਸਜਾ ਕੇ ਬੜੇ ਸ਼ੌਕ ਨਾਲ ਡਿਗਰੀ ਲਓ। ਪਿਆਰੇ ਬੱਚੋ, ਅਸੀਂ ਬਾਹਰ ਜਾਣ ਵਾਸਤੇ, ਐਬਰੋਡ ਜਾਣ ਵਾਸਤੇ ਇਤਨੇ ਇੱਛੁਕ ਹੋ ਜਾਂਦੇ ਹਾਂ ਕਿ ਅਸੀਂ ਮਿੰਟ ਨਹੀਂ ਲਾਉਂਦੇ ਕੇਸ ਕਤਲ ਕਰਨ ਵਾਸਤੇ। ਸੰਤ ਅਤਰ ਸਿੰਘ ਮਹਾਰਾਜ ਜੀ ਦਾ ਪਾਵਨ ਹੁਕਮ ਸੀ ਕਿ ਸਾਬਤ ਸੂਰਤ ਰਹਿਣਾ ਹੈ, ਉਹ ਹੁਕਮ ਮੰਨਿਆ ਅਤੇ ਇਤਨੀ ਬਖਸ਼ਿਸ਼ ਹੋ ਗਈ, ਇਤਨੀ ਬਖਸ਼ਿਸ਼ ਹੋ ਗਈ ਕਿ ਆਪ ਜੀ ਨੇ ਕੈਂਬਰਿਜ ਯੂਨੀਵਰਸਿਟੀ ਵਿੱਚ ਦਸਤਾਰ ਇੰਟਰੋਡਿਊਸ ਕਰਵਾ ਦਿੱਤੀ। ਇਹ ਅਸੀਂ ਤੀਸਰਾ ਸਬਕ ਲੈ ਕੇ ਜਾਣਾ ਹੈ ਕਿ ਭਾਵੇਂ ਕੁਛ ਹੋ ਜਾਏ, ਅਸੀਂ ਭਾਈ ਤਾਰੂ ਸਿੰਘ ਦਾ ਜੋ ਵਿਰਸਾ ਹੈ ਖੋਪੜੀ ਉਤਰਵਾ ਦਾਂਗੇ, ਅਸੀਂ ਕੇਸ ਕਤਲ ਨਹੀਂ ਕਰਵਾਉਣੇ। ਇਹ ਅਸੀਂ ਅੱਜ ਪ੍ਰਣ ਕਰਨਾ ਹੈ, ਤਾਂ ਹੀ ਸਾਨੂੰ ਮੁਬਾਰਕ ਹੈ ਸੰਤ ਤੇਜਾ ਸਿੰਘ ਮਹਾਰਾਜ ਜੀ ਦਾ ਇਹ ਪਾਵਨ ਦਿਹਾੜਾ ਮਨਾਉਣ। ਆਪ ਜੀ ਇਸ ਤੋਂ ਬਾਅਦ ਕੋਲੰਬੀਆ ਯੂਨੀਵਰਸਿਟੀ ਗਏ। ਹੁਣ ਇਹ ਬੱਚੀ ਦੱਸ ਰਹੀ ਸੀ ਕਿ ਜਿਸਦਾ ਦਿਲ ਲੈਕਚਰ ਕਰਨ ਨੂੰ ਕਰੇ ਉਹ ਨਾ ਕਰੇ, ਇਹ ਬਚਨ ਸੀ ਸੰਤ ਅਤਰ ਸਿੰਘ ਮਹਾਰਾਜ ਜੀ ਦੇ। ਜੇ ਲੈਕਚਰ ਕਰਨ ਨੂੰ ਦਿਲ ਕਰ ਰਿਹਾ ਤਾਂ ਨਹੀਂ ਕਰਨਾ, ਅਤੇ ਜੇ ਸੰਗਤ ਦਾ ਹੁਕਮ ਹੈ ਤਾਂ ਹੱਥ ਬੰਨ ਕੇ ਬੇਨਤੀ ਕਰ ਦੇਣੀ। ਆਪ ਜੀ ਨੇ ਕੋਲੰਬੀਆ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਸੀ, BEd ਦਾ ਕੋਰਸ ਕਰ ਰਹੇ ਸੀ, ਬੈਚਲਰ ਆਫ ਐਜੂਕੇਸ਼ਨ। ਇੱਕ ਦਿਨ ਜਿਹੜਾ ਇੰਗਲਿਸ਼ ਦਾ ਪ੍ਰੋਫੈਸਰ ਸੀ ਕਿਪਲਿੰਗ, ਉਸ ਨਾਲ ਉਸਦੀ ਕਲਾਸ ਚੱਲ ਰਹੀ ਸੀ,
ਕਿਪਲਿੰਗ ਦੇ ਪ੍ਰੋਫੈਸਰ ਨੇ ਕਿਹਾ ਕਿ ਕਿਪਲਿੰਗ ਵਾਜ ਦਾ ਗ੍ਰੇਟੈਸਟ ਹਿਊਮਰ ਰਾਈਟਰ, ਹਿਊਮਰ ਉਸਦੇ ਰਾਈਟਿੰਗ ਵਿੱਚ ਹਿਊਮਰ ਬਹੁਤ ਸੀ, ਹਾਸਯ ਰਸ ਬਹੁਤ ਸੀ। ਸੰਤ ਤੇਜਾ ਸਿੰਘ ਮਹਾਰਾਜ ਜੀ ਨੇ ਕਿਹਾ ਬੜੀ ਨਮਰਤਾ ਨਾਲ, ਪ੍ਰੇਮ ਨਾਲ, ਕਿ ਜਿਹੜਾ ਅਸਲੀ ਹਿਊਮਰ ਹੈ, ਅਸਲੀ ਹਾਸਯ ਰਸ ਹੈ, ਉਹ ਹੈ ਜਿਸ ਵਿੱਚ ਮਨ ਵਿੱਚ ਖੇੜਾ ਆ ਜਾਏ ਤੇ ਸਦਾ ਮਨ ਖਿੜਿਆ ਰਹੇ। ਇਸ਼ਾਰਾ ਸੀ ਕਿ ਅਸਲੀ ਖੁਸ਼ੀ ਗੁਰਬਾਣੀ ਵਿੱਚ ਹੀ ਹੈ। ਕਿਪਲਿੰਗ ਕੇਵਲ ਸ਼ਬਦਾਂ ਦਾ ਹੇਰ ਫੇਰ ਕਰਦਾ ਹੈ, ਲੋਕ ਮੋਮੈਂਟਰੀਲੀ ਹੱਸ ਦਿੰਦੇ ਹਨ, ਅਸਲੀ ਹਿਊਮਰ ਨਹੀਂ ਹੈ। ਇਹ ਦਲੀਲ ਸੁਣ ਕੇ ਪ੍ਰੋਫੈਸਰ ਨੇ ਆਪਣੀ ਦਲੀਲ ਪੇਸ਼ ਕੀਤੀ ਬੱਚਿਆਂ ਅੱਗੇ, ਡਿਬੇਟ ਸ਼ੁਰੂ ਹੋ ਗਿਆ ਕਲਾਸ ਵਿੱਚ। ਇਵੈਂਚੁਅਲੀ ਸਾਰੇ ਬੱਚੇ ਜੋ ਕਲਾਸ ਦੇ ਸੀਗੇ, ਉਹਨਾਂ ਦਾ ਇਹ ਸਹਿਮਤੀ ਹੋ ਗਈ ਕਿ ਤੇਜਾ ਸਿੰਘ ਜੀ ਮਹਾਰਾਜ ਠੀਕ ਕਹਿ ਰਹੇ ਹਨ, ਤੇਜਾ ਸਿੰਘ ਠੀਕ ਕਹਿ ਰਿਹਾ ਹੈ। ਅਸੀਂ ਕਨਵਿੰਸ ਨਹੀਂ ਹੋਏ ਕਿ ਕਿਪਲਿੰਗ ਵਿੱਚ ਹਿਊਮਰ ਹੈ। ਜਸਟ ਇਮੈਜਿਨ ਦ ਇੰਟੈਲੈਕਟ ਆਫ ਦਿਸ ਮੈਨ, ਕਿਤਨੀ ਇਹਨਾਂ ਦੀ ਮਤ ਉੱਚੀ ਸੀ, ਕਿਤਨੀ ਸੂਖਸ਼ਮ ਬੁੱਧੀ ਸੀ ਕਿ ਇੰਗਲਿਸ਼ ਦੇ ਪ੍ਰੋਫੈਸਰ ਨੂੰ ਕਨਵਿੰਸ ਕਰ ਦਿੱਤਾ ਕਿ ਕਿਪਲਿੰਗ ਦੀ ਰਾਈਟਿੰਗਸ ਵਿੱਚ ਹਿਊਮਰ ਨਹੀਂ ਹੈ। ਕਲਾਸ ਤੋਂ ਉਪਰੰਤ ਪ੍ਰੋਫੈਸਰ ਨੇ ਇਹਨਾਂ ਨੂੰ ਬੁਲਾਇਆ ਅਤੇ ਕਿਹਾ ਵੀ ਤੇਜਾ ਸਿੰਘ ਤੂੰ ਬੜਾ ਸੀਰੀਅਸ ਉਸਦਾ ਮਿਜਾਜ ਦਾ ਬੰਦਾ ਹੈ, ਅਤੇ ਮੈਂ ਚਾਹਾਂਗਾ ਕਿ ਅਸੀਂ ਯੂਨੀਵਰਸਿਟੀ ਵਿੱਚ ਹਰ ਸ਼ੁੱਕਰਵਾਰ ਨੂੰ ਸ਼ਾਮ ਨੂੰ ਇੱਕ ਪਬਲਿਕ ਗੈਦਰਿੰਗ ਕਰਦੇ ਹਾਂ, ਜਿਸ ਵਿੱਚ ਅਸੀਂ ਡਿਸਟਿੰਗੁਇਸ਼ਡ ਲੋਕਾਂ ਨੂੰ ਬੁਲਾਉਂਦੇ ਹਾਂ, ਉਹ ਬੱਚਿਆਂ ਨੂੰ ਐਡਰੈਸ ਕਰਦੇ ਹਨ, ਸਾਰਾ ਸ਼ਹਿਰ ਉੱਥੇ ਆ ਕੇ ਇਕੱਠਾ ਹੁੰਦਾ ਹੈ। ਬਾਏ ਦਾ ਵੇ, ਇਫ ਯੂ ਡੋਂਟ ਆਰ ਨੋਟ ਅਵੇਅਰ, ਜਿਹੜੀ ਇਹ ਕੋਲੰਬੀਆ ਯੂਨੀਵਰਸਿਟੀ ਹੈ, ਇਹ ਜਿਹੜਾ ਸਭ ਤੋਂ ਡੈਂਸ ਇਲਾਕਾ ਨਿਊਯਾਰਕ ਦਾ ਹੈ, ਮੈਨਹਟਨ, ਉੱਥੇ ਲੋਕੇਟਿਡ ਹੈ। ਅਜੇ ਵੀ ਜਿੱਥੇ ਜਾਈਏ ਅਤੇ ਜਿਸ ਜਗ੍ਹਾ 'ਤੇ ਸੰਤ ਤੇਜਾ ਸਿੰਘ ਮਹਾਰਾਜ ਜੀ ਨੇ ਉਹ ਲੈਕਚਰ ਦਿੱਤੇ ਸੀ, ਉਹ ਜਗ੍ਹਾ ਦੇਖਣ ਨੂੰ ਮਿਲਦੀ ਹੈ। ਬਹੁਤ ਹੀ ਮਨ ਵਿੱਚ ਵੈਰਾਗ ਆਉਂਦਾ ਹੈ, ਬਹੁਤ ਖੁਸ਼ੀ ਹੁੰਦੀ ਹੈ। ਅਤੇ ਪ੍ਰੋਫੈਸਰ ਨੇ ਕਿਹਾ ਮੈਂ ਅਖਬਾਰ ਵਿੱਚ ਕਰ ਦਾਂਗਾ ਕਿ ਤੇਜਾ ਸਿੰਘ ਪ੍ਰੋਫੈਸਰ ਆਇਆ ਹੈ ਇੰਡੀਆ ਤੋਂ, ਉਸਦੇ ਲੈਕਚਰ ਹਨ, ਤਾਂ ਤੁਸੀਂ ਆ ਕੇ ਲੈਕਚਰ ਦਿਓ ਇੰਡੀਆ ਦੀ ਪ੍ਰੈਜੈਂਟ ਹਾਲਾਤ ਦੇ ਉੱਪਰ। ਅਤੇ ਤੇਜਾ ਸਿੰਘ ਮਹਾਰਾਜ ਨੇ ਕਿਹਾ ਜੀ ਜੋ ਇੰਡੀਆ ਦਾ ਜੋ ਮੈਸੇਜ ਹੈ ਉਹ ਤਾਂ ਬੇਸਿਕਲੀ ਗੁਰੂ ਨਾਨਕ ਸਾਹਿਬ ਦੀ ਟੀਚਿੰਗ ਹੀ ਹੈ, ਅਤੇ ਦਾਸ ਉਸ 'ਤੇ ਹੀ ਬੋਲੇਗਾ। ਅਤੇ ਫਿਰ ਪ੍ਰੋਫੈਸਰ ਨੇ ਕਿਹਾ ਤੁਹਾਨੂੰ ਮੈਂ ਤੁਸੀਂ ਦੋ ਵਾਰੀ ਲੈਕਚਰ ਦਿਓ, ਇੱਕ ਫਰਾਈਡੇ ਫਿਰ ਅਗਲੇ ਫਰਾਈਡੇ, ਅਤੇ ਇੱਕ ਵਿੱਚ ਤੁਸੀਂ ਗੁਰੂ ਨਾਨਕ ਸਾਹਿਬ ਦੀ ਟੀਚਿੰਗ ਬਾਰੇ ਦੱਸੋ, ਦੂਸਰੇ ਵਿੱਚ ਹਿੰਦੁਸਤਾਨ ਦੇ ਮੌਜੂਦਾ ਹਾਲਤ ਬਾਰੇ ਦੱਸੋ। ਅਤੇ ਸਾਧ ਸੰਗਤ ਜੀ, ਉਸ ਸਮੇਂ 1906-07 ਦੀ ਗੱਲ ਹੈ ਜਾਂ 1908 ਦੀ, ਜਦ ਸੰਤ ਤੇਜਾ ਸਿੰਘ ਮਹਾਰਾਜ ਜੀ ਲੈਕਚਰ ਦੇ ਰਹੇ ਸੀ ਸੈਂਟਰਲ ਸਕੁਏਅਰ ਆਫ ਕੋਲੰਬੀਆ ਯੂਨੀਵਰਸਿਟੀ, ਅ ਡਿਸਟਿੰਗੁਇਸ਼ਡ ਪਲੇਸ ਟੂ ਡਿਲੀਵਰ ਲੈਕਚਰਸ, 10,000 ਦੀ ਗਿਣਤੀ ਵਿੱਚ ਅਮੈਰੀਕਨ ਸਿਟੀਜ਼ਨਸ, ਨਿਊਯਾਰਕ ਸਿਟੀਜ਼ਨ, ਉਹਨਾਂ ਨੇ ਆ ਕੇ ਉਹ ਲੈਕਚਰ ਸੁਣਿਆ। ਇਹ ਕਮਾਈ ਹੁੰਦੀ ਹੈ ਜੇ ਅਸੀਂ ਸੰਤਾਂ ਦੇ ਬਚਨ ਮੰਨਦੇ ਹਾਂ। ਜੇ ਲੈਕਚਰ ਦੇਣ ਦਾ ਦਿਲ ਕਰੇ ਤਾਂ ਨਹੀਂ ਦੇਣਾ, ਅਤੇ ਜੇ ਲੈਕਚਰ ਸੰਗਤ ਆਪ ਜੀ ਨੂੰ ਆਗ੍ਰਹਿ ਕਰੇ, ਬੇਨਤੀ ਕਰੇ, ਹੁਕਮ ਕਰੇ, ਤਾਂ ਹੀ ਲੈਕਚਰ ਦੇਣਾ ਹੈ। ਹੋਮੇ ਕੰਟਰੋਲ 'ਚ ਰਹਿੰਦੀ ਹੈ, ਆਦਮੀ ਦੀ ਹੋਮੇ ਕਾਬੂ ਵਿੱਚ ਰਹਿੰਦੀ ਹੈ। ਇਹ ਪਿਆਰੇ ਬੱਚੋ, ਚੌਥਾ ਮੈਸੇਜ ਅਸੀਂ ਲੈ ਕੇ ਜਾਣਾ ਹੈ। ਦਾਸ ਨੇ ਕਾਫੀ ਸਮਾਂ ਲੈ ਲਿਆ, ਇੱਕ ਸਿਰਫ ਹੋਰ ਮੈਂ, ਜੋ ਕੁਆਲਿਟੀ ਸੰਤਾਂ ਦੀ ਸੀ ਜਿਸ ਨੇ ਦਾਸ ਨੂੰ ਬਹੁਤ ਹੀ ਮੂਵ ਕੀਤਾ, ਅੱਤ ਦੀ ਗਰੀਬੀ। ਅਸੀਂ ਰੋਜ਼ ਅਰਦਾਸ ਕਰਦੇ ਹਾਂ ਨਾ, ਮਨ ਨੀਵਾਂ ਮਤ ਉੱਚੀ,
ਇਸ ਚੀਜ਼ ਦੀ ਸਾਫ ਬਿਲਕੁਲ ਜਿਉਂਦੀ ਮੂਰਤ ਸੰਤ ਤੇਜਾ ਸਿੰਘ ਮਹਾਰਾਜ ਜੀ ਸੀ। ਇੰਟੈਲੈਕਟ ਇਤਨਾ ਕਿ ਜੇ ਉਹ ਸਰਵਿਸ ਵਿੱਚ ਰਹਿੰਦੇ ਤਾਂ ਹੀ ਹੈਡ ਦਾ ਕ੍ਰੈਡੈਂਸ਼ੀਅਲਸ ਟੂ ਬਿਕਮ ਦ ਫਸਟ ਗਵਰਨਰ ਜਨਰਲ ਆਫ ਫਰੀ ਇੰਡੀਆ। ਇਤਨੀ ਲਿਆਕਤ ਸੀ, ਇਤਨੀ ਸ਼ਖਸੀਅਤ ਸੀ, ਔਰ ਗਰੀਬੀ ਇਤਨੀ। ਤਕਰੀਬਨ 1962-64 ਦੀ ਗੱਲ ਹੈ, ਬਾਰਿਸ਼ ਦਾ ਮਹੀਨਾ ਸੀ ਸਾਵਨ ਦਾ, ਸੰਤ ਜੀ ਮਹਾਰਾਜ ਚੀਮੇ ਦੀ ਸੜਕਾਂ 'ਤੇ ਚੀਮੇ ਗਏ ਸੀ, ਪਿੰਡ ਵਿੱਚ ਸੇਵਾ ਕਰਾ ਰਹੇ ਸੀਗੇ ਜਨਮ ਸਥਾਨ ਦੇ ਗੁਰਦੁਆਰਾ ਸਾਹਿਬ ਦਾ। ਸੰਤ ਜੀ ਮਹਾਰਾਜ ਚੱਲ ਰਹੇ ਸੀ, ਸਾਰੀ ਗਲੀਆਂ ਭਰੀਆਂ ਹੋਈਆਂ ਸੀ ਕਿੱਚੜ ਨਾਲ, ਆਪ ਜੀ ਦਾ ਵੀ ਸਾਰਾ ਪੂਰਾ ਚੋਲਾ ਕਿੱਚੜ ਨਾਲ ਭਰਿਆ ਹੋਇਆ ਸੀ, ਜੋੜੇ ਵੀ ਇਸ ਵਿੱਚ ਹੀ ਫਸ ਗਏ ਸੀ ਕਿੱਚੜ ਦੇ, ਨੰਗੇ ਪੈਰ ਤੁਰੇ ਜਾ ਰਹੇ ਸੀਗੇ। ਅਚਾਨਕ ਆਪ ਜੀ ਨੂੰ ਇੱਕ ਸ਼ਰਾਬੀ ਮਿਲ ਗਿਆ ਅਤੇ ਕਹਿਣ ਲੱਗਾ, ਤੇਜਾ ਸਿੰਘਾ ਸਾਰਾ ਦਿਨ ਇੱਧਰ ਘੁੰਮਦਾ ਰਹਿੰਦਾ ਹੈਗਾ, ਲੰਗਰ 'ਚ ਪ੍ਰਸ਼ਾਦੇ ਛਕਦਾ ਰਹਿੰਦਾ, ਕੋਈ ਕੰਮ ਕਾਜ ਨਹੀਂ ਕਰਦਾ, ਕੰਮ ਕਰਿਆ ਕਰ। ਸੰਤ ਜੀ ਮਹਾਰਾਜ ਨੇ ਬੜੇ ਪ੍ਰੇਮ ਨਾਲ ਹੱਥ ਮੰਨ ਕੇ ਕਿਹਾ ਕਿ ਭਾਈ ਬੜੀ ਕਿਰਪਾ ਕੀਤੀ, ਦੱਸ ਦਿੱਤਾ, ਅੱਗੇ ਤੋਂ ਹੋਰ ਕੋਸ਼ਿਸ਼ ਕਰਾਂਗੇ ਸੇਵਾ ਕਰਨ ਦੀ। ਸੋ ਪਿਆਰੇ ਬੱਚੋ, ਇਹ ਅਸੀਂ ਮੈਸੇਜ ਲੈ ਕੇ ਜਾਣਾ ਹੈ ਕਿ ਗਰੀਬੀ ਲੈ ਕੇ ਆਉਣੀ ਹੈ, ਹਿਊਮਿਲਿਟੀ ਲੈ ਕੇ ਆਉਣੀ ਹੈ, ਕੰਪੈਸ਼ਨ ਲੈ ਕੇ ਆਉਣੀ ਹੈ, ਦਇਆ ਲੈ ਕੇ ਆਉਣੀ ਹੈ ਮਨ ਵਿੱਚ, ਤਾਂ ਹੀ ਸਾਡਾ ਇਹ ਸੰਤਾਂ ਦਾ ਜੋ ਦਿਹਾੜਾ ਅਸੀਂ ਮਨਾਇਆ ਸਫਲਾ ਹੈ। ਪੁਲਚੁਕ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।